ਸਤਿ ਸ਼੍ਰੀ ਅਕਾਲ ਜੀ, ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਖੋਨੇ ਵਲੌਗ ਦੇ ਵਿੱਚ। ਤੇ ਅੱਜ ਅਸੀਂ ਆਏ ਸੀਗੇ ਬਰਨਾਲੇ ਅਲਾਏ ਦੇਖਣ, ਤੇ ਸਾਨੂੰ ਲੱਗੀ ਸੀ ਭੁੱਖ, ਅਸੀਂ ਕਰਾ ਲਈਆਂ ਛੋਲੇ ਪੂਰੀਆਂ। ਗਾਣਾ ਕਿੰਨੇ ਉੱਚੀ ਲਾਇਆ ਯਾਰ ਇਹਨਾਂ ਨੇ। ਅਸੀਂ ਹੈਗੇ ਹਲਦੀਰਾਮ ਵਾਲਿਆਂ ਦੇ। ਹਾਂ, ਪਹਿਲਾਂ ਖਾ ਲਈਏ, ਖਾ ਲਈਏ ਪਹਿਲਾਂ, ਭੁੱਖ ਲੱਗੀ ਪਈ ਆ। ਅਸੀਂ ਕਿਹਾ ਫੇਰ ਹੀ ਲਾਏ ਤੇ ਉਲੇ ਦੇਖਾਂਗੇ। ਖਾ ਪੀ ਲਿਆ, ਹੁਣ ਅਸੀਂ ਲਾਏ ਦੇਖਦੇ ਸੀਗੇ। ਹੈ ਮਾਮਾ? ਹਾਂਜੀ। ਕਿਹੜੇ ਪਾਈਏ ਫਿਰ? ਸਾਨੂੰ ਤਾਂ ਯਾਰ ਅਲੱਗ ਜਿਹਾ ਉਹ ਪਸੰਦ ਆਏ, ਮਤਲਬ ਉਹਦੇ ਨਾਲ ਦੇ ਉਹ ਸਿਲਵਰ ਪਏ ਆ, ਵੀ ਉਹ ਪਵਾ ਕੇ ਅਸਲ ਵਿੱਚ ਤਾਂ ਗੱਡੀ ਤੇ ਪਵਾ ਕੇ ਗੱਲ ਪਤਾ ਲੱਗੂਗਾ ਨਾ। ਚਾਚਾ ਚਲਾ ਚਲੂ ਕੇ ਦੇਖਦੇ ਨਾਲੇ, ਪਤਾ ਕਰੀਏ ਅੰਦਰ। ਇਹ ਫਾਰਮ ਟਰੈਕ ਦੀ ਏਜੰਸੀ ਆ, ਨਾਲ ਇਹਨਾਂ ਦੇ ਟਰੈਕਟਰ ਖੜਾਏ ਸੀਗੇ, ਅਤੇ ਉਹ ਦੇਖਦੇ ਹਾਂ ਕਿ ਅਸੀਂ ਤਾਂ ਆਹ 735 ਆ ਪੁਰਾਣਾ, ਅਤੇ ਉਹ ਖੜਾ ਗਾ ਛੋਟਾ ਛੱਤੀ ਦੀ ਤਾਂ ਛੋਟਾ। ਭਾਈ ਸਟਾਰਟ ਕਰਕੇ ਦਿਖਾਊਗਾ, ਸਪੈਸ਼ਲ ਐਡੀਸ਼ਨ, ਰੰਗ ਤਾਂ ਸਾਫ਼ ਆ ਯਾਰ ਇਹਦਾ, ਹੈ ਨਾ। ਪਹਿਲੀ ਵਾਰ ਕੀ ਚੱਕਰੀ, ਲਿਮਿਟਡ ਦੀ ਆਵਾਜ਼ ਹੋਰ ਆ ਕਿ ਇਹਨਾਂ ਤੋਂ ਪਤਾ ਕੀਤਾ। ਇਹ ਤਾਂ 2017 ਮਾਡਲ ਆ, 1400 ਘੰਟੇ ਚੱਲਿਆ ਹੋਇਆ, ਅਤੇ ਥੋੜ੍ਹੀ ਬਹੁਤੀ ਵਾਇਰਿੰਗ 'ਚ ਪ੍ਰੋਬਲਮ ਵੀ ਆ ਜਿਹੜੀ ਮੈਂ ਚੈੱਕ ਕੀਤੀ, ਅਤੇ ਬਾਕੀ ਉੱਦਾਂ ਮਤਲਬ ਠੀਕ ਲੱਗਿਆ, ਪਰ ਮਹਿੰਗਾ ਗਾ ਜਿਹੜੇ ਹਿਸਾਬ ਨਾਲ ਨਵਾਂ ਨਵਾਂ। ਇਹ 9 ਲੱਖ ਦਾ ਮਾਮਾ ਹੈ, ਮਾਮਾ 9 ਲੱਖ ਦਾ ਨਾ ਨਵਾਂ। ਜੇ ਨਵਾਂ 9 ਲੱਖ ਦਾ, ਜੇ ਇਹ 6 ਭਾਲਦੇ ਆ, 6 ਜਾਂ 7 ਮਤਲਬ, ਹੈ ਨਾ, ਫਿਰ ਯਾਰ ਜ਼ਿਆਦਾ ਨਹੀਂ ਹੈਗਾ ਜਾਂ ਮਾਡਲ ਦੇ ਹਿਸਾਬ ਨਾਲ ਸਹੀ ਆ? ਮਾਰਕੀਟ ਆ ਨਾ ਮਾਡਲ ਦੇ ਹਿਸਾਬ ਨਾਲ, ਬਸ ਚੱਲਿਆ ਵੀ 1400 ਘੰਟੇ ਹੋਏ ਆ, 17 ਮਾਡਲ ਆ, ਪਰ ਆਪਾਂ ਨੂੰ ਪੁਰਾਣਾ ਚਾਹੀਦਾ, ਕਿਉਂਕਿ ਆਪਾਂ ਜੇ 5-6 ਲੱਖ ਦਾ ਤਾਂ ਮੇਰੇ ਵਾਲਾ ਯਾਰ ਬਾਹਰ ਵੀ ਲੈ ਕੇ ਜਾਣਾ। ਤੁਹਾਡਾ 5-6 ਮਾਡਲ ਆ, ਪਰ ਉਹਦਾ ਰੰਗ ਵੀ ਫੇਡ ਹੋਇਆ ਉੱਪਰੋਂ, ਇਹਨਾਂ ਦੇ ਰੰਗ ਫੇਡ ਹੋ ਜਾਂਦੇ ਆ ਨਾ ਇੱਕ ਜਗ੍ਹਾ ਹੀ ਆ ਜਿੱਥੇ ਉੱਪਰੋਂ ਉੱਪਰੋਂ ਸ਼ੋਅ ਤੋਂ। ਠੀਕ ਆ, ਫੋਰਡ ਦਾ ਵੀ ਉੱਥੇ ਹੀ ਹੁੰਦਾ, ਫਾਰਮ ਟਰੈਕ ਦਾ ਵੀ ਉੱਥੇ ਹੀ ਹੁੰਦਾ, ਅਰਜਨ ਦਾ ਸਾਰਿਆਂ ਨਾਲੋਂ ਵੱਧ ਉੱਡਦਾ ਗਾ ਰੰਗ। ਲਓ ਜੀ, ਅਸੀਂ ਘਰੇ ਆ ਗਏ, ਹੁਣ ਅਸੀਂ ਚੱਲੇ ਸੀਗੇ ਮੋਮਨਾਬਾਦ ਨੂੰ, ਇੱਥੋਂ ਟਰੈਕਟਰ ਲੈ ਕੇ, ਅਤੇ ਉੱਥੇ ਜਾ ਕੇ ਤਵੀਆਂ ਤਵੀਆਂ ਹਲ ਹੁਲ ਵੱਡੇ ਪਾ ਕੇ ਦੇ ਦਿਆਂਗੇ ਕਿੰਨੇ ਆ, ਅਤੇ ਇਹਦੀ ਫੇਰ ਅੱਜ ਟਰਬੋ ਟਰਬੋ 'ਤੇ ਜ਼ੋਰ ਪਰਖਿਆ ਜਾਣਾ, ਟਰਬੋ ਦਾ ਫੇਰ ਜ਼ੋਰ ਪਰਖਿਆ ਜਾਣਾ, ਫੇਰ ਨਾ ਖਰਾਬ ਹੋ ਜਾਵੇ। ਪਿਛਲੀ ਵਾਰ ਵਾਲੀ ਉਹ ਪਈ ਹੈਗੀ ਵਿਚਾਰੀ ਅੰਦਰ ਰੱਖੀ ਉਹ ਜੀ, ਹੈ ਨਾ। ਅਸੀਂ ਚੱਕ ਕੇ ਫੋਟੋ ਜੀ ਲਾ ਕੇ ਦੇਖਣ ਲੱਗ ਗਏ, ਅਤੇ ਯਾਰ ਜਮਾਂ ਸਹੀ ਆ ਗਿਆ, ਜਮਾਂ ਓਕੇ ਰਿਪੋਰਟ ਆ ਪੂਰਾ ਪੂਰਾ। ਲਾ ਦਈਏ ਚਾਚਾ ਇਹ ਫੋਟੋ ਫਿਰ? ਹੈਂ, ਚੱਲ ਲਾ ਹੀ ਦਿੰਦੇ ਹਾਂ, ਦੇਖੀ ਜਾਊਗਾ। ਸੈੱਡ ਵਾਲੇ ਪੱਲਿਆਂ ਦਾ ਕੀ ਕਰਾਂਗੇ ਫਿਰ ਆਪਾਂ, ਸੈੱਡ ਵਾਲਿਆਂ ਦਾ ਵੀ ਦੇਖ ਲਵਾਂਗੇ ਬਾਅਦ 'ਚੋਂ। ਆਹ ਫੋਟੋ ਲਾ ਦਿੰਦੇ ਆਪਾਂ ਟੈਂਪਰੇਰੀ, ਹੈ ਨਾ, ਉੱਪਰੋਂ ਚਾਹੇ ਵੱਧ ਗਈ ਪਰ ਇੱਥੋਂ ਸਕਰੂ ਲਵਾ ਕੇ ਲੈ ਜਾਂਦਾ ਮੈਂ। ਲਓ ਜੀ, ਅਸੀਂ ਪੇਜ ਪੂਜ ਲਾ ਕੇ ਫੋਟੋ ਲਾਤੀ, ਠੀਕ ਲਾ ਦਾ ਹੁਣ ਅੱਗੇ ਨਾ ਉਹ ਬੈਟਰ ਆ, ਸਾਈਡਾਂ 'ਤੇ ਪੱਲੇ ਪੁੱਲੇ ਫੇਰ ਲਾ ਦਾਂਗੇ। ਜੇ ਮੂਹਰਲਾ ਪੱਲਾ ਵੀ ਆਪਾਂ ਖੋਲ ਹੀ ਦਈਏ ਚਾਚਾ, ਆਹ ਵੀ ਖੋਲ ਹੀ ਦਿੰਦੇ ਹਾਂ ਮੈਂ ਕਹਿੰਦਾ, ਮੂਹਰਲਾ ਹਜਗਾੜ ਜਾ ਖੋਲ ਦਈਏ ਲਾਈਟਾਂ। ਚੱਲ ਹੁਣ ਫਿਰ ਜਾ, ਰਹਿਣ ਦੀ ਰਹਿਣ ਹੀ ਦਿੰਦਾ, ਚੱਲ ਚੱਲ ਚੱਲੀਏ ਆਪਾਂ, ਤੇਲ ਤੂਲ ਮੈਂ ਰਾਹ 'ਚ ਪਵਾ ਦੂੰਗਾ, ਚਲੋ ਟਰੈਕਟਰ ਲੈ ਕੇ ਚੱਲਦੇ ਹਾਂ। ਅਤੇ ਆਹਦਾ ਸੋਹਣਾ ਲੱਗਦਾ ਨਾ, ਕੱਪੜੇ ਮੈਂ ਚੱਕ ਲਏ, ਨਾਲ ਲੈ ਕੇ ਜਾਣੇ ਮੈਂ। ਲਓ ਜੀ, ਮੈਂ ਤੁਰ ਪਿਆ ਸੀਗਾ ਅਤੇ ਮੈਂ ਚੱਲਿਆ ਮੋਮਨਾਬਾਦ, ਅਤੇ ਮਿਲਦਾ ਤੁਹਾਨੂੰ ਸਿੱਧਾ, ਹੈ ਨਾ, ਮੋਮਨਾਬਾਦ ਜਾ ਕੇ। ਮੈਂ ਇਕੱਲਾ ਹੀ ਹਾਂ, ਕੋਈ ਨਹੀਂ ਹੈਗਾ ਆਲੇ ਦੁਆਲੇ, ਇਕੱਲਾ ਹੀ ਖਿੱਚ ਦੇਣਾ ਮੈਂ ਟਰੈਕਟਰ। ਲਓ ਜੀ, ਮੈਂ ਜਾਂਦਾ ਜਾਂਦਾ ਰੁਕ ਗਿਆ ਸੀਗਾ ਪੰਪ 'ਤੇ, ਤਾਂ ਤਾਹਾਂ ਤੱਕ ਭਰਤਾ, ਬਸ ਇੰਨਾ ਕੀ ਪਿਆ ਯਾਰ, ਹੋਰ ਪਾ ਦੇ ਪੂਰਾ ਕਿਸੇ ਪਾਸੇ ਜੇ ਪੈਂਦਾ। ਕੱਲ੍ਹ ਨੂੰ ਕਹਿੰਦੇ ਪੰਪ ਵੀ ਬੰਦ ਨੇ, ਹੈ ਨਾ, ਬੰਦ ਨਹੀਂ ਹੈਗੇ, ਬਸ ਫਿਰ ਠੀਕ ਆ ਯਾਰ, ਫਿਰ ਮੈਂ ਆ ਜਾਊਂਗਾ ਕੱਲ੍ਹ ਨੂੰ, ਫਿਰ ਭਰ ਦਿਓ, ਇਹ ਤਾਂ ਖਾਲੀ ਕਰ ਦੇਣੀ ਮੈਂ ਅੱਜ। ਲਾ ਦੇ ਦੇਖ ਕੇ ਜੇ ਓਏ, ਨਹੀਂ 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 ਛੱਡਦਾ, ਨਹੀਂ ਛੱਡਦਾ, ਅਤੇ ਬਾਕੀ ਆ ਫੋਟੋ ਫੋਟੋ ਸੋਹਣੀ ਲੱਗਦੀ ਹੈ। ਚਲੋ ਹੁਣ ਚੱਲੀਏ ਮੋਮਨਾਬਾਦ ਨੂੰ। ਲਓ ਜੀ, ਮੈਂ ਪਹੁੰਚ ਗਿਆ ਸੀਗਾ, ਅਤੇ ਹੁਣ ਆਪਾਂ ਟਰੈਕਟਰ ਮੈਂ ਪਿੱਛੇ ਖੜਾਤਾ ਸੀਗਾ, ਹੈ ਨਾ, ਉਹ ਖੜਾ ਗਾ। ਅਤੇ ਕਿਵੇਂ ਆ ਜਸ਼ਨ? ਜਸ਼ਨ ਉੱਤੇ ਬੈਠਾ ਹੁੰਦਾ, ਅੱਛਾ ਵੀਡੀਓ ਬਣਾਉਂਦਾ। ਚਾਹ ਚੱਲੀਏ ਫਿਰ ਖੇਤ, ਹਲ ਪਾਈਏ ਚੱਲ ਕੇ, ਚਲਾਵੇਂਗਾ ਫਿਰ ਤੂੰ ਟਰੈਕਟਰ ਅੱਜ? ਬਸ ਠੀਕ ਆ, ਇਹਦੇ ਨਟ ਚੱਲੇ ਅਸੀਂ ਕੋਈ ਇਹ 'ਚ ਪਾ ਦਈਏ ਯਾਰ, ਨਟ ਡਿੱਗ ਪਿਆ ਹੋਣ ਲੱਗਿਆ ਯਾਰ, ਹੈਂ ਦੇਖ ਲੱਭ ਇੱਥੋਂ ਮਾੜਾ ਜਿਹਾ ਇੱਕ ਤਾਂ ਆਪਣਾ ਹੀ ਹੈ, ਕਿੱਡਾ ਵੱਡਾ ਡਿੱਕਾ ਇਹ, ਵੱਡਾ ਉਹ ਵੱਡਾ, ਹੈ ਨਾ, ਕਿੱਡਾ ਗਾ
बहुत मजिया यार बड़ा वाला है ना टोजन पा लें टोजन पाइए तो जी आप हल पाउन आए थे तो किन्ने सतारा नहीं है सतारा हल आए हाइड्रोलिक खोल दिया नाल टायर भी लग्या होया ये पाने अज है परखिए जोर का हूँ किन्ने बिना खोले हुए तेरह हो गए ना तेरह हो गए ठीक है हाइड्रोलिक ही खोलते हैं यह आ गुलियाँ कड के बस आप है ना उधरों लिफ्ट आओ जैक पा देना वो तो फिर खोले आते इधर मुंडे की हाल है गल बन जो देखते हैं चला के की कहना खाना जाऊँगी यार चलो इन पाइए गुलियाँ भी नाल ही ने हल दूजे आ वाले तगड़े बने हुए बई आ पेन आप ही पाने आ फट फड़ी पेन इधर पानी करता बैक मैं दस्यो ठीक है लो जी अपना डबल डिस्ट्रीब्यूटर आप ए पाते हम देखते हैं ये किमें चक्कर जाऊगा पहला गुलियाँ कड़निया पैनगी आ उ जाके देख लाँगे चलो चलिए गुलियाँ कड़निया पैनगी आह फिर ही खुलूगा कड़निया पैनगी पहला खाली ने दोबारा पहला कड़निया पैनगी फिर ही होगा हाँ चलो फिर चलिए पहला खेत अपने अपने खेत चलिए हम उ जाके खोलेंगे नहीं राह फिर है ना माड़ा जहाँ खोल के देखना खोल दे आ चलो चलो चलिए आ हल पा के तैयार ला जिम्मे जहाज ही होंगे गा टेक ऑफ करना बस इन्हें थोड़े टाइम च हल आप पा ले तो टायर टूर से ही लगते देखी माड़ा जहा टायर अपने बहर बाले कटे हुए लिफ्ट तो बाकी उत्थे जाके खोलते हैं आप क्योंकि हल आल दाल बहुत है तेरह हल भी बहुत होंगे देखो कितने फिरते हो ना किसी का सैकल सूकल चक दिए आप जमा लवे लवे की ज्यादा कम वो पूरे ट्रक तो चलो चलिए लो जी आ गए अस खेत तो हूँ ये हल सैडिंग सूडिंग कर लीए देख के ना किमें लगते लोग थोड़ी ही आप संगल के आल दाल टाइट कर लिए या नहीं ठीक है खोल दिए खोली इन्हों चलाऊ सतारा हाल चलाऊ देखते हैं सर सतारा हाल तो चला लू मैनूर फिर नहीं कोई ना इतनी मक्की नहीं होंगी हो जूगी कुछ नहीं होंगे पहाड़ा वाग मक्की हो ठीक है चलो इन्हें खोली आप लो जी हम आप खोल दिए बना लें तेल खोलना पैना आप थोड़ा घटाया हो मिट्टी मुट्टी ना फसी हो एक मिनट मिट्टी मुट्टी देखो फसी तो नहीं हुई ता ही नहीं जाते हूँ लो जी असं डंडा डुंडा सारा कुछ सैट कर लिया पूरे डूंगे लाई आता मैं तो सू एक बार दिखाने गए किमें लगते लगते हलते किमें खिंचता है खिचाई तो पूरी वजिए बड़े घंट खिंचता गा मतलब परवाह ही नहीं मानता तो चलो दिखाने सू
ਭਾਈ ਪਹਿਲਾਂ ਮੈਂ ਉੱਥੇ ਕਿਜੇ ਹੈ ਨਾ ਦੂਜਾ ਹਾਈ ਲਾ ਕੇ ਦੇਖਿਆ ਸੀ ਪਹਿਲਾਂ ਮੈਂ ਪਹਿਲੇ ਅੱਜ ਤਾਂ ਪੂਰਾ ਵਧੀਆ ਚੱਲਦਾ ਤੀਜੇ ਚੌਥੇ ਰੋਜ਼ ਵੀ ਪੂਰਾ ਵਧੀਆ ਚੱਲਦਾ ਗਾ ਅਤੇ ਬਸ ਹੁਣ ਥੋੜ੍ਹਾ ਜਿਹਾ ਤੇਲ ਵਧਾ ਕੇ ਦੇਖਦੇ ਹਾਂਗੇ ਤੇਲ ਵਧਾ ਕੇ ਫਿਰ ਦੇ ਦਿਆ ਕੀ ਕਹਿੰਦਾ ਗਾ ਜਿਹੜੀ ਗਰਮ ਵਾਲੀ ਸੂਈ ਇੱਥੇ ਚਲੀ ਗਈ ਸੀਗੀ ਅਤੇ ਮੈਂ ਦੇਖੋ ਹੁਣ ਜਮਾਂ ਬੈਕ ਆ ਗਈ ਜਮਾਂ ਦੇਖ ਹੌਲੀ ਹੌਲੀ ਆਈ ਜਾਂਦੀ ਆ ਅਤੇ ਚਲੋ ਇਹਦਾ ਪਾਣੀ ਪੂਣੀ ਪਾਈਏ ਦੇਖ ਕੇ ਮਤਲਬ ਪਾਣੀ ਹੀ ਹੈਗਾ ਉਦੋਂ ਉਹਨਾਂ ਨੇ ਜਦੋਂ ਪੰਪ ਖੋਲਿਆ ਸੀਗਾ ਉਦੋਂ ਉਹਨਾਂ ਨੇ ਪਾਣੀ ਦਾ ਪੈਪ ਖੋਲਿਆ ਸੀਗਾ ਮੈਂ ਤਾਂ ਏਅਰ ਫਿਲਟਰ ਵੀ ਕੱਢਤਾ ਅਤੇ ਇਹ 'ਚ ਪਾਣੀ ਨਹੀਂ ਹੈਗਾ ਜਮਾਂ ਨਹੀਂ ਹੈਗਾ ਮੇਰੀ ਉਂਗਲ ਜਮਾਂ ਕਿਤੇ ਨਹੀਂ ਆਈ ਅਤੇ ਇਹ 'ਚ ਪਾਣੀ ਪਾਈਏ ਤਾਂ ਹੀ ਗਰਮ ਹੁੰਦਾ ਪਾਣੀ ਪਾ ਕੇ ਉਦਣਾ ਨਾ ਆਹ ਖੋਲਿਆ ਸੀਗਾ ਇੱਕ ਲੈਂਪ ਵੀ ਦੇਖੋ ਢਿੱਲੇ ਹੀ ਫਿਰਦਾ ਇੱਕ ਮਿੰਟ ਆਹ ਪੰਪ ਖੋਲਣ ਲਈ ਆਹ ਖੋਲਿਆ ਸੀ ਕਿਉਂਕਿ ਇੱਧਰ ਦੀ ਨਟ ਖੋਲਿਆ ਸੀਗਾ ਪੰਪ ਦਾ ਅਤੇ ਆਹ ਦੇਖੋ ਆਹ ਕਲੈਂਪ ਢਿੱਲੇ ਹੀ ਆ ਕਿਸੇ ਨਾ ਭੁੱਲ ਗਿਆ ਹੋਊਗਾ ਮਿਸਤਰੀ ਅਤੇ ਇਹਨੂੰ ਆਪਾਂ ਇੱਥੋਂ ਟਾਈਟ ਕਰਦੇ ਹਾਂ ਕਿਉਂਕਿ ਪਾਣੀ ਲੀਕ ਹੁੰਦਾ ਉਹਦੇ ਵਿੱਚ ਪਾਣੀ ਹੈ ਨਾ ਟਾਈਟ ਕਰਕੇ ਆਪਾਂ ਹੈ ਨਾ ਫਿਰ ਪਾਣੀ ਪਾਉਂਦੇ ਹਾਂ ਪਹਿਲਾਂ ਉਹਨੂੰ ਟਾਈਟ ਕਰਾਂਗੇ ਨਟ ਨੂੰ ਸਮਾਰ ਕੇ ਲੋ ਜੀ ਆਹ ਮੈਂ ਕੱਸਤਾ ਅਤੇ ਉਹ ਵੀ ਨਟ ਕੱਸਤਾ ਪੂਰੇ ਵਧੀਆ ਤਰੀਕੇ ਨਾਲ ਅਤੇ ਚੂੜੀ ਮੈਂ ਤੇਲ ਦੀ ਜਾਵਾਂ ਸਿਰੇ ਲਾਤੀ ਜਾਵਾਂ ਦੇਖੋ ਜਮਾਂ ਸਿਰੇ ਲਾਤੀ ਸੀ ਚੂੜੀ ਤੇਲ ਦੀ ਹੁਣ ਦੇਖਦੇ ਹਾਂ ਹਜੇ ਹੋਰ ਵੀ ਲੱਗ ਜੂਗਾ ਤਾਂ ਸਿਰੇ ਅਤੇ ਦੇਖਦੇ ਹਾਂ ਚਲਾ ਚੁੱਕੇ ਹੈ ਨਾ ਡੱਬੇ ਮੈਂ ਖੁੱਲ੍ਹੀ ਛੱਡ ਤੀ ਬਾਅਦ 'ਚੋਂ ਕਰ ਦਿੰਦੇ ਹਾਂ ਏਅਰ ਫਿਲਟਰ ਪਾਈ ਦਿੰਦੇ ਚੱਲ ਦੇਖੀ ਜਾਊਗਾ ਹੈ ਨਾ ਐਂ ਨਿਕਲੋ ਵੀ ਕਰਦੇ ਪਾਈ ਦਿੰਦੇ ਹਾਂ ਏਅਰ ਫਿਲਟਰ ਮੈਂ ਪਹਿਲਾਂ ਕੱਢ ਕੇ ਚਲਾਉਣ ਲੱਗੇ ਹੈ ਏਅਰ ਫਿਲਟਰ ਕੱਢ ਕੇ ਚਲਾ ਕੇ ਦੇਖੀਏ ਟਰਬੋ ਕੰਮ ਬਹੁਤ ਕਰੂਗੀ ਆਪਦਾ ਹੈ ਲੈ ਦੇਖੀ ਜਾਊਗਾ ਫੜ ਮਾੜਾ ਚਲਾ ਕੇ ਇੱਕ ਗੇੜਾ ਦੇ ਕੇ ਦੇਖਦੇ ਹਾਂ ਬਾਹਲਾ ਨਹੀਂ ਦਿੰਦੇ ਇਹ ਜੇ ਗਰਦ ਉੱਡੂਗੀ ਫਿਰ ਰੋਕ ਲਾਂਗੇ ਭਾਈ ਆਹ ਵੀ ਲਾਇਆ ਸਾਰਾ ਸਮਾਨ ਅਜੇ ਚਲੋ ਚਲਾ ਕੇ ਦੇਖੀ
ਆਪਣੇ ਲਿਫਟ ਤੇ ਲੀਵਰ ਵੀ ਦੋਨੇ ਨੀਚੇ ਸੀਗੇ ਜਮਾਂ ਜਮਾਂ ਥੱਲੇ ਸੀਗੇ ਇੱਕ ਵਾਰ ਆਪਾਂ ਡੱਬੀ ਕਾਸ ਕੇ ਨਾ ਫੇਸ ਵਧੀਆ ਤਰੀਕੇ ਨਾਲ ਵੀਡੀਓ ਬਣਾਉਣੀ ਏਅਰ ਫਿਲਟਰ ਵੀ ਪਾਈ ਦਈਏ ਏਅਰ ਫਿਲਟਰ ਨਹੀਂ ਦੋਨੇ ਇੱਕ ਮਿੰਟ ਵਿੱਚੋਂ ਕੱਢ ਪਹਿਲਾਂ ਆ ਫੜ ਬਾਈ ਡੱਬੀ ਫੜੀ ਬੈਠਾ ਗਾ ਉਹ ਤੇਲ ਇੰਨਾ ਤੂੰ ਥੱਲੇ ਰੱਖ ਲੈਂਦਾ ਯਾਰ ਅਤੇ ਆਪਾਂ ਏਅਰ ਫਿਲਟਰ ਵੀ ਪਾ ਦਈਏ ਅਤੇ ਉਹ ਡੱਬੀ ਵੀ ਕੱਸ ਦਈਏ ਅਤੇ ਆਰ ਪੀ ਐੱਮ ਮੈਂ ਘੱਟ ਹੀ ਰੱਖਿਆ ਆਰ ਪੀ ਐੱਮ ਜ਼ਿਆਦਾ ਨਹੀਂ ਖੋਲ੍ਹੇ ਜੇ ਆਪਾਂ 3500 ਆਰ ਪੀ ਐੱਮ ਖੋਲ੍ਹਦੇ ਹਾਂ ਫਿਰ ਟਰਬੋ ਆਪਣੀ ਕੰਮ ਦਾ ਹੋ ਜੂ ਉਹਦਾ ਅਤੇ ਤਾਂ ਕਰਕੇ ਆਪਾਂ ਏਅਰ ਫਿਲਟਰ ਲਾ ਦਈਏ ਫਿਰ ਤੁਹਾਨੂੰ ਦਿਖਾਉਂਦੇ ਹਾਂ ਪਰਫੋਰਮੈਂਸ ਇਹਦੀ ਆ ਵੀ ਕਿਉਂ ਮੈਂ ਲਾ ਦਾਂ ਸਾਰਾ ਕੁਛ ਅਤੇ ਕਰਦੇ ਹਾਂ ਆਪਾਂ ਗੱਲਬਾਤ ਲਓ ਜੀ ਮੈਂ ਸਾਰਾ ਕੁਛ ਕੱਸ ਪਾਇਆ ਅਤੇ ਹੁਣ ਦੇਖਦੇ ਹਾਂ ਜੀ ਆਪਾਂ ਅਤੇ ਤੇਲ ਵੀ ਘਟਾਇਆ ਥੋੜ੍ਹਾ ਜਿਹਾ
ਲਓ ਜੀ ਉਹਦੇ ਮਗਰੋਂ ਹਲ ਕੱਢਤੇ ਆਪਾਂ ਇਹਦੇ ਮਗਰ ਪਾ ਦੇ ਹੁਣ ਤੇ 4x4 ਆ ਇਹ 36-30 ਇਹਨੂੰ ਚਲਾ ਕੇ ਦੇਖਦੇ ਹਾਂ ਕਿਵੇਂ ਕੰਮ ਕਰਦਾ ਇਹ ਪੂਰੀ ਲਿਫਟ ਥੱਲੇ ਸੁੱਟ ਕੇ ਤੇ ਖਿੱਚੂਗਾ ਇਹ ਤਾਂ 4x4 ਆ ਪਹਿਲਾਂ 2x2 'ਚ ਚਲਾ ਕੇ ਦੇਖਾਂਗੇ ਨਾ ਫਿਰ 4x4 ਲਾਵਾਂਗੇ ਤੇ ਆਪਣੇ ਨਾਲ ਤਾਂ ਫਿਰ ਧੱਕ ਪਾਉਂਦਾ ਨਾ ਮੈਂ ਇਹਦੇ ਆਪਾਂ ਮੂਹਰਲਾ ਹਿੱਸਾ ਥੋੜ੍ਹਾ ਉੱਚਾ ਕਰਾ ਦੇਣਾ ਬਸ ਦੋ ਚਾਰ ਦਿਨ ਰੁਕ ਜਾਓ ਜਿਹੜਾ ਖਿਲਾ ਦੇਣਾ ਸਾਰਾ ਮੂਹਰਲਾ ਹਿੱਸਾ ਉੱਚਾ ਕਰਾ ਦੇਣਾ ਮੂਹ ਉੱਧਰ ਨੂੰ ਸਟੇਰਿੰਗ ਬੈਠਦੇ ਦੂਜੇ ਪਾਸੇ ਨੂੰ ਦੂਜੇ ਪਾਸੇ ਨੂੰ ਦੂਜੇ ਪਾਸੇ ਨੂੰ ਲਿਫਟ ਮਾੜੀ ਚੱਕ ਲਾ ਚਾਹੇ ਨਹੀਂ ਥੱਲੀ ਕਰਦੇ ਥੱਲੀ ਕਰਦੇ ਥੱਲੀ ਕਰਦੇ ਥੱਲੀ ਕਰਦੇ ਜਮਾਂ ਥੱਲੇ ਕਰਦੇ ਸੱਟ ਮਾਰ ਦੋ ਕਿਸੇ ਚੀਜ਼ ਦੀ ਡੰਡਾ ਪਾ ਕੇ ਤਿੰਨ ਚਲਾ ਕੇ ਦੇਖਦੇ ਹਾਂ ਇਹਦੇ ਵੀ 16x30 ਦੇ ਆ ਟਾਇਰ ਮੈਨੂੰ ਲੱਗਦਾ ਹਾਂ 16x28 ਦੇ ਉਹਦਾ ਵੀ 16x28 ਦੇ ਕਿਵੇਂ ਆ ਫਿਰ ਕਿਵੇਂ ਕਹਿੰਦਾ ਚੋਬਰ ਸਾਰਿਆਂ ਤੋਂ ਰਿਵਿਊ ਲਿਆ ਸਾਰੇ ਮਤਲਬ ਕਹਿੰਦੇ ਸਿਰਾ ਸਾਰਿਆਂ ਤੋਂ ਪੁੱਛ ਕੇ ਇੱਕ ਵਾਰ ਇੱਕ ਮਿੰਟ ਅਤੇ ਸਾਰਿਆਂ ਤੋਂ ਪੁੱਛਦੇ ਆਪਾਂ ਠੀਕ ਆ ਕਿਵੇਂ ਚੱਲਦਾ ਸੀਗਾ ਟਰੈਕਟਰ ਪੂਰਾ ਵਧੀਆ ਕਿਵੇਂ ਚੱਲਦਾ ਸੀ ਰਾਕਟ ਮੈਨ ਦਾ ਸਾਰਿਆਂ ਤੋਂ ਆਪਾਂ ਰਿਵਿਊ ਲੈਂਦੇ ਹਾਂ ਕਿਵੇਂ ਚੱਲਦਾ ਸੀ ਬਾਈ ਟਰੈਕਟਰ ਓਕੇ ਸੀਗਾ ਪੂਰਾ ਓਕੇ ਸੀਗਾ ਪੂਰਾ ਬਸ ਠੀਕ ਅੱਗ ਕੱਢਦਾ ਸੀ ਬਹੁਤ ਵਧੀਆ ਲੱਗਿਆ ਆਏ ਹਾਏ ਖੜੇ ਆ ਡੰਡਾ ਵੱਡਾ ਕਰ ਲਈ ਬਾਈ ਲੋ ਜੀ ਦੇਖਦੇ ਹੁਣ ਚਲਾ ਕੇ ਉਹ ਮੂਹਰੋਂ ਟਰਮੀਨਲ ਲੈ ਲਿਆ ਆਊਗਾ ਸ਼ੋ ਖੋਲ ਲੋ ਟੇਡੇ ਆ ਬਸ ਬਾਈ ਇੰਨਾ ਕਰਕੇ ਦੇਖ ਪਹਿਲਾਂ ਇਹ ਬਸ ਹੁਣ ਹੁਣ ਦੇਖੀ ਦੇਖੀ ਹੁਣ ਦੂਜੇ ਪਾਸੇ ਨੂੰ ਘੁਮਾਓ ਦੂਜੇ ਪਾਸੇ ਨੂੰ ਇਹ ਬਸ ਇੱਕ ਗੜੋਲ ਬਸ 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 ਦੇਖੀ ਕਰਦਾ ਹੈ ਨਾ ਹੈਗਾ ਹੋਰ ਕਰਕੇ ਦੇਖਿਓ ਦੇਖੀ ਹੁਣ ਮਤਲਬ ਜ਼ਿਆਦਾ ਹੋਈ ਜਾਂਦਾ ਦੂਜੇ ਲੋਡ ਕਰਕੇ ਦੇਖੋ ਨਿਕਲ ਗਿਆ ਕੋਈ ਹੈਗਾ ਕੋਈ ਸੱਟ ਲਾਉਣ ਨੂੰ ਕੋਈ ਸੱਟ ਲਾਉਣ ਨੂੰ ਹੈਗਾ ਟਰਮੀਨਲ ਨਿਕਲ ਗਿਆ ਉਹਦਾ ਟਰਮੀਨਲ ਨਿਕਲ ਗਿਆ ਮਾੜਾ ਜਿਹਾ ਟਰਮੀਨਲ ਨਿਕਲ ਗਿਆ ਬੈਟਰੀ ਦਾ ਟਰਮੀਨਲ ਉੱਠ ਖੜਿਆ ਉੱਪਰ ਨੂੰ ਇੱਕ ਵਾਰ ਸਟਾਰਟ ਤਾਂ ਹੋ ਜੂਗਾ ਮਾਰੀ ਜਾ ਕੇ ਸੈਲਫ ਆ ਚਾਬੀ ਕੱਢ ਲਾ ਚਲੋ ਮਾਰੋ ਸੈਲਫ ਚਲ ਮਾਰੋ ਤਾਂ ਸੀਸ ਮਾਰ ਕੇ ਮੁੰਡਾ ਦੱਬੀ ਫਿਰਦਾ ਦੇਖੋ 4x4 ਲਾ ਲਿਆ ਹੈਨਾ ਹੈ ਨਹੀਂ ਖਿੱਚੀ ਤਾਂ ਜਾਂਦਾ ਚੰਗਾ ਭਲਾ ਗੁੱਡ ਜੋਬ ਫੋਰ ਬਾਏ ਫੋਰ ਚੋਰ ਵੀਲ ਚੱਲਦਾ ਹੁਣ ਦੂਜਾ ਲਾ ਕੇ ਦੇਖੀ ਗਿਆ ਮੈਂ ਚਲਾਉਣਾ ਇੱਕ ਮਿੰਟ ਇਹਦਾ ਦੇਖੀ ਯਾਰ ਕੀ ਹੋਇਆ ਸਟਾਰਟ ਤਾਂ ਹੁਣ ਇੱਕ ਮਿੰਟ ਕੈਮਰੇ ਤੋਂ ਉੱਪਰ ਲਓ ਇਹ ਦੇਖੋ ਹੁਣ 4x2 ਚ ਹੈਗਾ ਇਹ ਲੈਫਟ ਨਹੀਂ ਵੀ ਆ ਪੂਰੀ ਲੈਫਟ ਨਹੀਂ ਬਾ ਜਮਾਂ ਥੱਲੇ ਆ ਡੱਬੀ ਆਉਂਦਾ ਜਮਾਂ ਓਰੀਜਨਲ ਆ ਕੁਛ ਵੀ ਛੇੜਖਾਨੀ ਨਹੀਂ ਕੀਤੀ ਹੋਈ ਵੇਟ ਬਹੁਤ ਆ ਇਹਦੇ 'ਚ ਰੋਕੀ ਲੈ ਬੈਠ ਬਰਾਬਰ ਹਾਈ ਚ ਪਹਿਲਾਂ ਲਾ ਕੇ ਦੇਖੀਏ ਲਾ ਲਾ ਉਹਦੇ ਤਾਂ ਤੋਰਾ ਬਹੁਤ ਘੱਟ ਹੈ ਬਹੁਤ ਘੱਟ ਹੈ ਫਿਰ ਤੋਰਾ ਕਿਹੜੇ 'ਚ ਵੱਧਦਾ ਦੂਏ ਮੀਡੀਅਮ ਜਿਹੀ ਵੱਧਦਾ ਜਿੰਨਾ ਉਹਦਾ ਜੋੜੀ ਹੁੰਦਾ
ਦੂਏ ਮੀਡੀਅਮ ਸੀਗਾ ਇਹਦੇ ਯਾਰ ਫੇਰ ਹੀ ਹੋਰ ਤਰ੍ਹਾਂ ਨੇ ਕਲੱਚ ਇੱਕਦਮ ਨਾ ਛੱਡੀ ਹੌਲੀ ਹੌਲੀ ਛੱਡੀ ਕਲੱਚ ਰੇਸ ਕਢਾ ਰੇਸ ਤੇ ਹੱਥ ਰੱਖ ਹਾਂ ਪਰ ਰੇਸ ਨਾ ਦੇਈ ਠੀਕ ਆ ਖੜਾ ਹੋ ਜੂਗਾ ਮੂਹਰੋਂ ਹੌਲੀ ਹੌਲੀ ਛੱਡ ਕਲੱਚ ਪਿਆਰ ਨਾਲ ਹੌਲੀ ਹੌਲੀ ਹਾਂ ਉਹਦਾ ਦਊ ਗੇੜਾ ਹੁਣ ਇਹ 600 RPM ਤੇ ਆ ਨਾ RPM ਉਹੀ ਵਾਲੀ ਸਾਈਡ ਤੇ ਮਾੜਾ ਜਿਹਾ ਹਾਈ ਮੈਂ ਪਹਿਲਾਂ ਲਾ ਲਿਆ ਤਾਂ ਪਹਿਲੀ ਵਾਰੀ ਹਲ ਪਾਇਆ ਤੇ ਮਗਰ ਬਾਈ ਕਹਿੰਦਾ ਅੱਜ ਪਹਿਲੀ ਵਾਰੀ ਹਲ ਪਾਇਆ ਮੂਹਲੇ ਟਾਇਰ ਦੇਖ ਲਓ ਘਾਸ ਵੀ ਗਏ ਇੰਨਾ ਟਰੈਕਟਰ ਚਲਾਇਆ ਬਾਈ ਹੁਣਾਂ ਨੇ ਹੈ ਨਾ ਬਾਈ ਪਲਾਉ ਤੇ ਵੱਧ ਚੱਲਿਆ ਗਿਆ ਇਹ ਤਾਂ ਹੀ ਖੁੱਲਿਆ ਹੋਇਆ ਟਰੈਕਟਰ ਜ਼ੋਰ ਦੱਸਦਾ ਗਾ ਅਤੇ ਹੈ ਨਾ ਇਹ 4x2 'ਚ ਹੈ ਨਾ ਅਤੇ ਆਪਣੇ ਮੀਡੀਅਮ ਦੂਜੇ 'ਚ ਥੋੜ੍ਹਾ ਜਿਹਾ ਚੱਕਰ ਦਾ ਜ਼ਿਆਦਾ ਤੋੜਦਾ ਗਾ ਅਤੇ ਜੇ 4x4 'ਚ ਕਰਦੇ ਹਾਂ ਫਿਰ 2500 'ਚ ਹੀ ਰਹਿੰਦਾ 2500 ਤੋਂ 2400 'ਤੇ ਆਉਂਦਾ ਵੱਧ ਤੋਂ ਵੱਧ 100 ਚੱਕਰ ਡਰੋਪ ਕਰਦਾ ਗਾ ਅਤੇ ਇਹ ਵੀ ਚਲੋ ਨੋਰਮਲ ਆ ਨੋਰਮਲ 'ਤੇ ਬਹੁਤ ਗੁੱਡ ਪਰਫੋਰਮੈਂਸ ਆ ਹੈ ਨਾ ਬਾਈ
ਬਾਲਾ ਵਧੀਆ ਖਿੱਚਦਾ ਹਨਾ ਵਾਲੀ ਘੈਂਟ ਆ ਕਿਉਂਕਿ ਵੇਟ ਵਾਲਾ ਪਾਇਆ ਪੂਰੇ ਮਗਰ ਹਾਂ ਪਲੋ ਨੂੰ ਪਾਉਣਾ ਪੈਂਦਾ ਤਾਂ ਕਰਕੇ ਮੇਰੇ ਵਾਲ ਤਾਂ 4x2 ਆ ਨਿਆਰਾ ਯਾਰ ਇਹ ਚੀਜ਼ ਹੋਰ ਆ ਉਹ ਚੀਜ਼ ਹੋਰ ਆ ਉਹ ਤਾਂ ਹੁਣ ਬਹੁਤ ਛੇੜਖਾਨੀ ਕੀਤੀ ਹੋਈ ਆ ਇਹ ਓਰੀਜਨਲ ਨਾਲੇ 4x4 ਆ ਜਮਾਂ ਓਰੀਜਨਲ ਆ ਕੁਛ ਵੀ ਛੇੜਿਆ ਆਹ ਤੁਹਾਨੂੰ ਆਪਾਂ ਸੀਲਾਂ ਵੀ ਦਿਖਾ ਦਿੰਦੇ ਹਾਂ ਪੰਪ ਦੀਆਂ ਪੰਪ ਉਧਰਲੇ ਪਾਸੇ ਹੁੰਦਾ ਨਾ ਇਹਦੇ ਇੱਧਰ ਹੁੰਦਾ ਉਹ ਬੰਦ ਆ ਸੀਲ ਲੱਗੀ ਨੀ ਹੋਈ ਅੱਛਾ ਇਹਦੇ ਸੀਲ ਪੱਟੀ ਹੋਈ ਆ ਪਰ ਨੋਰਮਲ ਆ ਹੁਣ ਠੀਕ ਆ ਦੇਖ ਲਓ ਮਤਲਬ ਚੂੜੀਆਂ ਚਾੜੀਆਂ ਰੇਸ ਰੂਸ ਵੀ ਨਹੀਂ ਖੋਲੀ ਉਹਦੇ ਉਹਦੀ ਸੀਲਾਂ ਜਮਾਂ ਹੀ ਲੱਗੀਆਂ ਉਹਦੇ ਮਗਰ ਹੀ ਪਾ ਕੇ ਦੇਖਣੇ ਵਾਲਾ ਛਪੰਜਾ ਵੀ ਇਹਦੀ ਸੀਟੀ ਹੈ ਨਾ ਜਿਹੜੀ ਕਿਸੇ ਹੋਰ ਟਰੈਕਟਰ ਦੀ ਨਹੀਂ ਹੈਗੀ ਮਾਰਦਾ ਸੀਟੀ ਠੀਕ ਆ ਮਰਾਈ ਮਾੜੀ ਬੈਠ ਮਾੜਾ ਜਾ ਉਹਦੇ ਉੱਤੇ ਉਹ ਪੱਲੇ ਜੇ ਬਣਵਾਏ ਹੋਏ ਆ ਅਜੇ ਤਾਂ ਆਪਾਂ ਡੈੱਕ ਦੀ ਪਰਫਾਰਮੈਂਸ ਦਿਖਾਉਣੀ ਆ ਬਾਈ ਨੂੰ ਫਿਰ ਪੁੱਛਾਂਗੇ ਵੀ ਡੈੱਕ ਕਿਵੇਂ ਚੱਲਦਾ ਬਾਕੀ ਐ ਨਹੀਂ ਪਤਾ ਤਾਰਾਂ ਤੁਰਾਂ ਇਹ ਲੱਗੀਆਂ ਹੋਣ ਕਿੰਨਾ ਲੰਬਾ ਮਾਰਦਾ ਸੀਟੀ ਤਾਂ ਉਹ ਕਿਰਾਇਆ ਨਹੀਂ ਹੋਇਆ ਸੀਟੀ ਵਾਲੇ 'ਚ ਕੱਢ ਲਵਾਇਆ ਬਾਪੇ ਠੀਕ ਆ ਇਹ ਤਾਂ ਸਿੰਪਲ 'ਤੇ ਤਾਂ ਇੰਨੀ ਕੀ ਮਾਰੂਗਾ ਆਇਆ ਮੁੜਿਆ ਮੁੜਿਆ ਹਨੇਰਾ ਹੋ ਜਾਣਾ ਆਪਾਂ ਅਤੇ ਬਾਕੀ ਡੈੱਕ ਸੁਣਾਉਂਦੇ ਮੁੰਡੇ ਨੂੰ ਧੁੱਪਦੇ ਰੁਕਦੇ 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 ਵਾਜਾ ਖੜਾ ਦੇ ਚਾ ਕੋਈ ਨਾ ਖੜਾ ਰਹਿਣ ਦੇ ਆ ਜਾ ਐ ਤੈਨੂੰ ਡੈੱਕ ਸੁਣਾਈਏ ਸੁਣਾਈਏ ਮਗਰ ਸੁੱਚ ਲੱਗੀ ਹੋਈ ਲੱਗੀ ਹੋਈ ਆ ਦੇਖਦੇ ਹਾਂ ਤਾਰਾਂ ਤੂਰਾਂ ਤਾਂ ਨਹੀਂ ਕੋਈ ਹਿੱਲੀਆਂ ਚੈੱਕ ਕਰ ਲਈਏ ਤਾਰਾਂ ਤਾਂ ਨਹੀਂ ਕੋਈ ਹਿੱਲੀਆਂ ਹੋਰ ਹੋਰ ਚੱਲੀ ਨਾ ਜਦੋਂ ਆਪਾਂ ਪਰਫਾਰਮੈਂਸ ਪੁੱਛਦੇ ਹਾਂ ਟਰੈਕਟਰ ਦੀ ਡੈੱਕ ਦੀ ਇਹ ਵੇ ਸੌਣ ਦੇ ਛੱਤੀ ਤੀਹ ਮਗਰੋਂ ਕੱਢ ਕੇ ਹੁਣ ਆਪਾਂ 56 ਮਗਰ ਪਾ ਕੇ ਦੇਖਦੇ ਹਾਂ 56 ਨਾਲ ਦੇਖਦੇ ਹਾਂ ਵੀ ਕੀ ਕਹਿੰਦਾ ਇਹ ਅਤੇ 54 ਵੀ ਤਾਂ ਵੱਧ ਪਾਵਰ ਆ ਉਹ ਤਾਂ ਆਰਾਮ ਨਾਲ ਖਿੱਚੂਗਾ ਤਾਂ 4x4 'ਚ ਵੀ ਉਹ ਸੋਰੀ ਉਹ ਤਾਂ 4x2 'ਚ ਵੀ ਖਿੱਚੂਗਾ ਅਤੇ ਚਲੋ ਨੋ ਪਲੇਸ ਲਾਈਕ ਪੰਜਾਬ ਵਾਰੀਅਰਸ ਕੀ ਕਹਿੰਦਾ ਜੌਂਡੀਅਰ ਜੌਂਡੀਅਰ ਕਹਿੰਦਾ ਦੇਖ ਆਹ ਮਿੱਟੀ ਜਿਹੜੀ ਚੜ੍ਹੀ ਆ ਨਾ ਜੌਂਡੀਅਰ ਦੀ ਚੜ੍ਹੀ ਵੀ ਹੈ ਮਗਰੋਂ ਹੁਣ ਨਹੀਂ ਚੜ੍ਹੀ ਬਾਕੀ 56 ਚੜ੍ਹੂ ਬਾਈ ਕਹਿੰਦਾ ਆਹ ਝੜਦੀ ਹੈ ਕਿ ਲੈਂਦੀ ਹੈ ਮਿੱਟੀ ਹੁਣ ਦੇਖਦੇ ਹਾਂ ਨਹੀਂ ਉਹ ਤਾਂ ਤਗੜਾ ਉਹ ਤਾਂ ਪਤਾ ਕਿੰਨਾ ਹਾਰਸ ਪਾਵਰ ਆ ਆਪਣਾ ਤਾਂ 50 ਹਾਰਸ ਪਾਵਰ ਆ ਟਰੈਕਟਰ ਬਿਨਾਂ 4x4 ਤੋਂ ਹਾਂ ਗਲਤ ਹੈ ਉਹਦੇ ਤਾਂ ਟਰਬੋ ਵੀ ਲੱਗੀ ਹੋਈ ਆ ਟੂ ਵੀਲ ਦੀ ਗੱਲ ਕਰੀ ਆਪਾਂ ਟੂ ਵੀਲ ਯਾ 4x4 'ਚ ਵਧੀਆ ਖਿੱਚਦਾ ਆਹ ਵਾਲਾ 36 ਅਤੇ 56 ਤਾਂ 4x2 'ਚ ਵੀ ਵਧੀਆ ਖਿੱਚੂਗਾ ਹਾਰਸ ਪਾਵਰ ਬਹੁਤ ਆ ਪਰ ਉਹਦੇ ਵੇਟ ਘੱਟ ਆ ਵੇਟ ਨਹੀਂ ਹੈਗਾ ਖਾਲੀ ਟਾਇਰ ਪਾਣੀ ਵੀ ਨਹੀਂ ਪਾਇਆ ਹੋਇਆ ਆਪਣੇ 'ਚ ਪਾਣੀ ਪਾਇਆ ਹੋਇਆ ਫਰਕ ਬਹੁਤ ਪੈਂਦਾ ਰਿਮ ਤੋਂ ਰੰਗ ਲਾ ਦਿੰਦੀਆਂ ਮੇਰੇ ਵਾਲੇ ਤਾਂ ਰਿਮ ਤੋਂ ਰੰਗ ਲੈ ਗਿਆ ਸੀਗਾ ਹੁਣ ਤਾਂ ਕਰਾਇਆ ਹੋਇਆ ਆਪਣਾ ਉਹ ਥੱਲੇ ਪਈ ਆ